हाँ जी, एक बार फिर तो तुहाड़ा सब का स्वागत है पंजाबी साहित्यक सरगर्मियां यूट्यूब चैनल उपर। तो इस चैनल के माध्यम के राही तुहाडे नाल UGC नैट NTA नैट की तैयारी करवाने हैं। इस नाल संबंधित वीडियो अपलोड कीतियां जांदियां। जिहड़ा है सब्जेक्ट की पंजाबी की इस चैनल के माध्यम के राही तैयारी करते हैं। तो आपां जिहड़ा है फस्ट पेपर जां जनरल पेपर जिहड़ा हुंदा उसके भी इंपोर्टेंट जिहड़े टॉपिक ने उन्हां दियां वीडियो तुहाडे नाल सांझियां करदे हां। तां अज दा अपना जिहड़ा टॉपिक होवेगा वो जिहड़ा करंट नैशनल इंस्टीट्यूशनल रैंकिंग फ्रेमवर्क, मतलब कि इहदे विच जिहड़ियां अपनियां इंडिया दी यूनिवर्सिटियां ने जां उहनां दी रैंकिंग कीहड़ी है, जां जिहड़े कॉलेज ने उहनां दी रैंकिंग दे बारे आपां गल करांगे कि किहड़ा कॉलेज पहले रैंक ते है जां किहड़ी यूनिवर्सिटी पहले रैंक ते है। इस नाल संबंधित तुसीं पेपर जेकर प्रीवियस ईयर दे पेपर देखोगे, फर्स्ट पेपर दे विच ये सवाल हर बार पूछा जाता है। ये दो तरह ना सवाल पूछा जा सकता है, एक तां कि जिहदे विच यूनिवर्सिटी दित्ती हो सकती है, नीचे रैंकिंग दित्ती हो सकती है कि इस यूनिवर्सिटी की रैंकिंग कीहड़ी है, जां जिहड़ा है उपर यूनिवर्सिटी का नाम दे के नीचे रैंकिंग पूछा जा सकता है कि कीहड़ी रैंकिंग है इहदी, जां कॉलेज की भी पूछा जा सकता है। तां इस टॉपिक नूं आपां अज जिहड़ा है कवर करांगे, नाल नाल जिहड़ा है NIRF ਦੇ ਬਾਰੇ ਥੋੜਾ ਜਿਹਾ ਜਾਣਾਂਗੇ ਕਿ ਨੈਸ਼ਨਲ NIRF ਦੀ ਫੁੱਲ ਫਾਰਮ ਜਿਹੜੀ ਹੈ ਨੈਸ਼ਨਲ ਇੰਸਟੀਟਿਊਸ਼ਨਲ ਰੈਂਕਿੰਗ ਫਰੇਮਵਰਕ, ਤਾਂ ਇਹਨਾਂ ਦੇ ਬਾਰੇ ਜਿਹੜੀ ਹੈ ਅੱਜ ਆਪਾਂ ਗੱਲ ਕਰਾਂਗੇ। ਤਾਂ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰੋ, ਨਾਲ ਹੀ ਬੈਲ ਆਈਕਨ ਨੂੰ ਦਬਾ ਲੈਣਾ ਤਾਂ ਜੋ ਨਵੀਂ ਜਿਹੜੀ ਵੀਡੀਓ ਅਪਲੋਡ ਹੋਊਗੀ ਉਹ ਡਾਇਰੈਕਟ ਤੁਹਾਨੂੰ ਮਿਲ ਸਕੇ। ਠੀਕ ਹੈ ਜੀ, ਤਾਂ ਸ਼ੁਰੂ ਕਰਦੇ ਹਾਂ ਬਿਨਾਂ ਕਿਸੇ ਦੇਰੀ ਤੋਂ। ਪਹਿਲਾਂ ਆਪਾਂ ਗੱਲ ਕਰਾਂਗੇ ਇਹਦੇ ਥੋੜ੍ਹੀ ਜਿਹੀ ਕਿ ਕਦੋਂ ਸ਼ੁਰੂ ਹੋਈ ਨੈਸ਼ਨਲ ਇੰਸਟੀਟਿਊਸ਼ਨਲ ਰੈਂਕਿੰਗ ਫਰੇਮਵਰਕ। ਤਾਂ ਇਹ ਕਿਹਦੇ ਅੰਡਰ ਆਉਂਦਾ, ਮਿਨਿਸਟਰੀ ਆਫ ਹਿਊਮਨ ਰਿਸੋਰਸ ਡਿਵੈਲਪਮੈਂਟ, ਗਵਰਨਮੈਂਟ ਆਫ ਇੰਡੀਆ। ਤਾਂ ਇਸੇ ਤਰ੍ਹਾਂ ਹੀ ਦਾ ਨੈਸ਼ਨਲ ਇੰਸਟੀਟਿਊਸ਼ਨਲ ਰੈਂਕਿੰਗ ਫਰੇਮਵਰਕ NIRF, ਕਈ ਵਾਰ ਇਹਦੀ ਫੁੱਲ ਫਾਰਮ ਵੀ ਪੁੱਛ ਲੈਂਦੇ ਆ। ਠੀਕ ਹੈ ਜੀ, ਤਾਂ ਇਹ ਵਾਜ ਅਪਰੂਵਡ ਬਾਏ ਦੀ MHRD ਐਂਡ ਲਾਂਚਡ ਬਾਏ ਹੋਨਰੇਬਲ ਮਿਨਿਸਟਰ ਆਫ ਹਿਊਮਨ ਰਿਸੋਰਸ ਡਿਵੈਲਪਮੈਂਟ ਔਨ 29 September 2015। ਤਾਂ 2015 ਦੇ ਵਿੱਚ ਜਿਹੜਾ ਹੈ ਇਹਨੂੰ ਲਾਂਚ ਕੀਤਾ ਗਿਆ ਸੀ। ਤਾਂ ਅੱਗੇ ਆਪਾਂ ਜਿਹੜਾ ਹੈ ਰੈਂਕਿੰਗ ਦੇ ਬਾਰੇ ਗੱਲ ਕਰਾਂਗੇ, ਜਿਹੜਾ ਆਪਣਾ ਮੇਨ ਟੌਪਿਕ ਅੱਜ ਦਾ। ਤਾਂ ਇਸ ਤੋਂ ਪਹਿਲਾਂ ਥੋੜ੍ਹਾ ਜਿਹਾ ਆਪਾਂ ਇੱਕ ਹੋਰ ਗੱਲ ਕਰਦੇ ਹਾਂ ਕਿ ਇਹਦੇ ਪੈਰਾਮੀਟਰ ਕਿਹੜੇ ਹੁੰਦੇ ਨੇ, ਕਿਹਨਾਂ ਦੇ ਆਧਾਰ 'ਤੇ ਜਿਹੜੀ ਇਹ ਰੈਂਕਿੰਗ ਕੀਤੀ ਜਾਂਦੀ ਆ। ਤਾਂ ਪੈਰਾਮੀਟਰ ਜਿਹੜੇ ਹੈ ਕੁਝ ਕੁ ਤੁਹਾਡੇ ਨਾਲ ਸਾਂਝੇ ਕਰਾਂਗਾ ਮੇਨ, ਤਾਂ ਇਸ ਤੋਂ ਇਲਾਵਾ ਕਾਫੀ ਸਾਰੇ ਇਹਦੇ ਪੈਰਾਮੀਟਰ ਹੁੰਦੇ ਨੇ। ਤਾਂ ਇਹਦੇ ਵਿੱਚ ਹੈ ਟੀਚਿੰਗ ਲਰਨਿੰਗ ਐਂਡ ਰਿਸੋਰਸ, ਠੀਕ ਹੈ, ਇਹਦੇ ਬਾਰੇ ਗੱਲ ਕਰਾਂਗੇ ਕਿ ਇਹਦੇ ਵਿੱਚ ਕੀ ਚੀਜ਼ ਦੇਖੀ ਜਾਂਦੀ ਹੈ, ਕਿਹਦੇ ਆਧਾਰ 'ਤੇ ਰੈਂਕਿੰਗ ਕੀਤੀ ਜਾਂਦੀ ਹੈ। ਇੱਕ ਤਾਂ ਸਟੂਡੈਂਟ ਸਟਰੈਂਥ ਇਨਕਲੂਡਿੰਗ ਡਾਕਟਰਲ ਸਟੂਡੈਂਟ, ਮਤਲਬ ਕਿ ਜਿਹੜੇ PhD ਵਾਲੇ ਸਟੂਡੈਂਟ ਆ ਉਹਨਾਂ ਨੂੰ ਵੀ ਇਹਦੇ ਵਿੱਚ ਸ਼ਾਮਿਲ ਕੀਤਾ ਜਾਂਦਾ। ਉਸ ਤੋਂ ਬਾਅਦ ਹੈ ਫੈਕਲਟੀ ਸਟੂਡੈਂਟ ਰੇਸ਼ੋ ਵਿਦ ਐਮਪਾਸਾਈਜ਼ ਔਨ ਪਰਮਾਨੈਂਟ ਫੈਕਲਟੀ, ਕਿ ਪਰਮਾਨੈਂਟ ਫੈਕਲਟੀ ਹੈ ਜਿਹੜੀ ਮੇਨ ਫੋਕਸ ਉਹਦੇ ਉੱਪਰ ਕੀਤਾ ਜਾਂਦਾ, ਅਤੇ ਸਟੂਡੈਂਟ ਦੀ ਅਤੇ ਫੈਕਲਟੀ ਦੀ ਰੇਸ਼ੋ ਨੂੰ ਦੇਖਿਆ ਜਾਂਦਾ ਹੈ ਇਹਦੇ ਵਿੱਚ। ਤਾਂ ਨੈਕਸਟ ਹੈ ਕੰਬਾਈਨ ਮੈਟ੍ਰਿਕ ਫੋਰ ਫੈਕਲਟੀ ਵਿਦ PhD ਐਂਡ ਐਕਸਪੀਰੀਅੰਸ, ਤਾਂ ਇਸ ਚੀਜ਼ ਨੂੰ ਵੀ ਜਿਹੜਾ ਦੇਖਿਆ ਜਾਂਦਾ ਇਹਦੇ ਵਿੱਚ ਜਦੋਂ ਇਸ ਪੈਰਾਮੀਟਰ ਤੋਂ ਜਿਹੜਾ ਇਹਦਾ ਅਨਾਲਿਸਿਸ ਕੀਤਾ ਜਾਂਦਾ ਰੈਂਕਿੰਗ ਦੇ ਲਈ। ਠੀਕ ਹੈ ਜੀ, ਉਸ ਤੋਂ ਅੱਗੇ ਹੈ ਫਾਈਨੈਂਸ਼ੀਅਲ ਸੋਰਸ ਐਂਡ ਦੇਅਰ ਯੂਟੀਲਾਈਜੇਸ਼ਨ, ਕਿ ਉਹਨਾਂ ਦੀ ਕਿਸ ਤਰ੍ਹਾਂ ਯੂਟੀਲਾਈਜੇਸ਼ਨ ਕਰਦੇ ਨੇ, ਜਾਂ ਉਹਨਾਂ ਦੇ ਜਿਹੜੇ ਫਾਈਨੈਂਸ਼ੀਅਲ ਸੋਰਸ ਕਿਹੜੇ ਨੇ ਕਾਲਜ ਦੇ ਯੂਨੀਵਰਸਿਟੀ ਦੇ, ਠੀਕ ਹੈ, ਇਹਨਾਂ ਦੇ ਆਧਾਰ 'ਤੇ ਵੀ ਜਿਹੜਾ ਇਹਨੂੰ ਦੇਖਿਆ ਜਾਂਦਾ ਰੈਂਕਿੰਗ ਦੇ ਲਈ। ਤਾਂ ਆਪਾਂ ਜਿਹੜਾ ਇੱਕ ਤੁਹਾਨੂੰ ਦੱਸਦਾ ਕਿ ਆਪਾਂ ਜਿਹੜੀ ਰੈਂਕਿੰਗ ਦੀ ਗੱਲ ਕਰਾਂਗੇ ਅੱਜ ਉਹ 2020 ਦੀ ਕਰਾਂਗੇ, ਜਿਹੜੀ 11 ਜੂਨ 2020 ਨੂੰ ਜਾਰੀ ਕੀਤੀ ਗਈ ਸੀ। ਠੀਕ ਹੈ, ਜਿਹੜੇ ਆਪਣੇ ਮਿਨਿਸਟਰ ਨੇ ਹਿਊਮਨ ਰਿਸੋਰਸ ਡਿਵੈਲਪਮੈਂਟ ਸ਼੍ਰੀ ਰਮੇਸ਼ ਪੋਖਰਾਲ ਨਾਸਿਕ। ਤਾਂ ਇਹ ਵੀ ਜਿਹੜਾ ਇੱਕ ਸਵਾਲ ਇਸ ਦੇ ਨਾਲ ਵੀ ਸੰਬੰਧਿਤ ਕਈ ਵਾਰ ਹੋ ਜਾਂਦਾ, ਪੁੱਛ ਲੈਂਦੇ ਆ ਕਿ ਕੌਣ ਹੈ ਮਿਨਿਸਟਰ। ਠੀਕ ਹੈ ਜੀ, ਤਾਂ ਇਸ ਤੋਂ ਨਾਲ ਜਿਹੜਾ ਹੈ ਆਪਾਂ ਇਹਦੇ ਆਧਾਰ 'ਤੇ ਗੱਲ ਕਰਾਂਗੇ, ਕਿਉਂਕਿ ਹਲੇ 2021 ਦੀ ਜਾਰੀ ਨਹੀਂ ਹੋਈ ਰੈਂਕਿੰਗ, ਤਾਂ ਉਸ ਤੋਂ ਪਹਿਲਾਂ ਆਪਣਾ ਪੇਪਰ ਹੋ ਜਾਣਾ, ਤਾਂ ਇਸ ਕਰਕੇ ਆਪਾਂ ਜਿਹੜਾ ਹੈ ਇਹਨੂੰ ਹੀ ਆਧਾਰ ਬਣਾਵਾਂਗੇ 2020 ਦੀ ਰੈਂਕਿੰਗ ਨੂੰ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਇੰਡੀਆ ਦੀ ਜਿਹੜੀ ਹੈ ਇੰਡੀਆ ਰੈਂਕਿੰਗ 2020 ਓਵਰਆਲ। ਓਵਰਆਲ ਮਤਲਬ ਪਹਿਲਾਂ ਆਪਾਂ ਓਵਰਆਲ ਦੀ ਗੱਲ ਕਰਾਂਗੇ, ਯੂਨੀਵਰਸਿਟੀ ਇੰਸਟੀਟਿਊਸ਼ਨ ਜਾਂ ਕਾਲਜ ਜਿਹੜੇ ਨੇ, ਹੈ ਨਾ, ਇਹਨਾਂ ਸਾਰਿਆਂ ਦੀ, ਕਿ ਇਹਨਾਂ ਦੇ ਵਿੱਚੋਂ ਕਿਹੜਾ ਪਹਿਲੇ ਰੈਂਕ 'ਤੇ ਆ, ਦੂਜੇ 'ਤੇ ਆ, ਤੀਜੇ 'ਤੇ ਆ। ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਯੂਨੀਵਰਸਿਟੀ ਦੀ, ਕਿ ਕਿਹੜੀ ਯੂਨੀਵਰਸਿਟੀ ਪਹਿਲੇ ਰੈਂਕ 'ਤੇ ਹੈ,
ਦੂਜੇ ਤੇ ਆ, ਤੀਜੇ ਤੇ ਆ। ਤਾਂ ਇਸੇ ਤਰ੍ਹਾਂ ਹੀ ਆਪਾਂ ਕਾਲਜ ਦੀ ਅੱਗੇ ਕਰਾਂਗੇ ਗੱਲ ਕਰਾਂਗੇ। ਇਸ ਤੇ ਇਸ ਤਿੰਨ ਟੌਪਿਕ ਤੇ ਆਪਣਾ ਆਪਣਾ ਜਿਹੜਾ ਇਹ ਫੋਕਸ ਰਹੇਗਾ ਅੱਜ ਦਾ। ਤੇ ਇਹਨਾਂ ਨੂੰ ਤੁਸੀਂ ਨੋਟ ਜ਼ਰੂਰ ਕਰਦੇ ਰਹਿਣਾ, ਕਿਉਂਕਿ ਇਹਨਾਂ ਦੇ ਆਧਾਰ ਤੇ ਜਿਹੜਾ ਸਵਾਲ ਉਹ ਬਣਦਾ ਹੈ। ਤਾਂ ਸਭ ਤੋਂ ਪਹਿਲਾਂ ਜਿਹੜਾ ਪਹਿਲਾ ਰੈਂਕ ਹੈ ਓਵਰਆਲ ਦੇ ਵਿੱਚ, ਇਹ ਚੀਜ਼ ਜ਼ਰੂਰ ਧਿਆਨ ਦੇ ਵਿੱਚ ਰੱਖਣੀ ਹੈ ਕਿ ਓਵਰਆਲ ਦੀ ਆਪਾਂ ਗੱਲ ਕਰ ਰਹੇ ਹਾਂ, ਠੀਕ ਹੈ। 2020 ਦੇ ਵਿੱਚ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਮਦਰਾਸ, ਮਤਲਬ IIT ਮਦਰਾਸ, ਅਤੇ ਕਿੱਥੇ ਇਹ? ਚੇਨਈ ਦੇ ਵਿੱਚ, ਸਟੇਟ ਤਾਮਿਲਨਾਡੂ, ਅਤੇ ਰੈਂਕ ਜਿਹੜਾ ਹੈ ਇਹਦਾ ਪਹਿਲਾ। ਪਹਿਲੇ ਤਿੰਨ ਤਾਂ ਤੁਹਾਨੂੰ ਜਿਹੜਾ ਹੈ ਜ਼ਰੂਰ ਇਹਨਾਂ ਦੇ ਉੱਪਰ ਫੋਕਸ ਕਰਨਾ ਪਵੇਗਾ। ਉਸ ਤੋਂ ਬਾਅਦ ਹੈ ਇੰਡੀਅਨ ਇੰਸਟੀਚਿਊਟ ਆਫ ਸਾਇੰਸ, ਬੈਂਗਲੁਰੂ, ਕਰਨਾਟਕਾ, ਅਤੇ ਇਹਦਾ ਹੈ ਦੂਜਾ ਰੈਂਕ। IIT ਜਾਂ ਸੋਰੀ IIS, ਇੰਡੀਅਨ ਇੰਸਟੀਚਿਊਟ ਆਫ ਸਾਇੰਸ, ਇਹ ਜਿਹੜਾ ਹੈ ਦੂਜੇ ਰੈਂਕ ਦੇ ਉੱਪਰ ਹੈ। ਉਸ ਤੋਂ ਬਾਅਦ ਤੀਜੇ ਨੰਬਰ 'ਤੇ ਆਪਣੇ ਕੋਲ ਆਉਂਦਾ ਹੈ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਦਿੱਲੀ, ਨਿਊ ਦਿੱਲੀ ਦੇ ਵਿੱਚ ਹੈ, ਸਟੇਟ ਜਿਹੜਾ ਹੈ UT ਦੇ ਵਿੱਚ ਹੈ ਦਿੱਲੀ। ਅਤੇ ਇਸ ਤੋਂ ਇਲਾਵਾ ਜਿਹੜਾ ਹੈ ਇਹਦਾ ਰੈਂਕ ਜਿਹੜਾ ਹੈ ਉਹ ਤੀਜਾ ਰੈਂਕ ਹੈ। ਪਹਿਲੇ ਤਿੰਨਾਂ ਨੂੰ ਨੋਟ ਕਰੋ, ਪਹਿਲਾ ਇੰਡੀਅਨ ਇੰਸਟੀਚਿਊਟ ਜਾਂ IIT ਮਦਰਾਸ, ਉਸ ਤੋਂ ਬਾਅਦ ਇੰਡੀਅਨ ਇੰਸਟੀਚਿਊਟ ਆਫ ਸਾਇੰਸ, ਇਹਦਾ ਦੂਜਾ ਰੈਂਕ ਹੈ, ਤੀਜਾ ਰੈਂਕ ਹੈਗਾ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਦਿੱਲੀ। ਤਾਂ ਨੈਕਸਟ ਹੈ ਚੌਥਾ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਬੋਂਬੇ, ਮੁੰਬਈ, ਮਹਾਰਾਸ਼ਟਰਾ। ਤਾਂ ਇਹਨਾਂ ਦਾ ਜਿਹੜਾ ਹੈ ਰੈਂਕ ਇਹਦਾ ਚੌਥਾ ਹੈਗਾ, IIT ਬੋਂਬੇ। ਹਾਂਜੀ, ਨੈਕਸਟ ਹੈ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਖੜਗਪੁਰ, ਖੜਗਪੁਰ ਵੈਸਟ ਬੰਗਾਲ, ਅਤੇ ਇਹਦਾ ਜਿਹੜਾ ਹੈ ਪੰਜਵਾਂ ਰੈਂਕ ਆ, ਫਿਫਥ ਰੈਂਕ। ਉਸ ਤੋਂ ਬਾਅਦ ਹੈ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਕਾਨਪੁਰ, ਕਾਨਪੁਰ ਉੱਤਰ ਪ੍ਰਦੇਸ਼, ਇਹਦਾ ਰੈਂਕ ਹੈਗਾ ਛੇਵਾਂ। ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਗੁਹਾਟੀ, ਗੁਹਾਟੀ ਅਸਾਮ, ਤਾਂ ਇਹਨਾਂ ਦਾ ਰੈਂਕ ਜਿਹੜਾ ਹੈ ਸੱਤਵਾਂ। ਤਾਂ ਆਪਾਂ 10 ਤੱਕ ਦੀ ਗੱਲ ਕਰਾਂਗੇ, ਵੈਸੇ ਪਹਿਲੇ 5 ਤੱਕ ਦਾ ਵਿੱਚੋਂ ਸਵਾਲ ਜਿਹੜਾ ਉਹ ਬਣਦਾ ਆਪਾਂ ਨੂੰ। ਤਾਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਉਸ ਤੋਂ ਬਾਅਦ ਆ ਜਾਂਦਾ ਨਿਊ ਦਿੱਲੀ। ਤਾਂ ਇਹਦਾ ਰੈਂਕ ਕਿੰਨਵਾਂ? ਓਵਰਆਲ ਦੇ ਵਿੱਚ 8ਵਾਂ ਰੈਂਕ ਹੈ, 8ਵਾਂ ਰੈਂਕ। ਹਾਂਜੀ, ਉਸ ਤੋਂ ਅੱਗੇ ਹੈ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਰੁੜਕੀ, ਤਾਂ ਰੁੜਕੀ ਉੱਤਰਾਖੰਡ ਦੇ ਵਿੱਚ, ਅਤੇ ਇਹਦਾ ਰੈਂਕ ਜਿਹੜਾ ਹੈ ਉਹ 9ਵਾਂ ਰੈਂਕ। ਬਨਾਰਸ ਹਿੰਦੂ ਯੂਨੀਵਰਸਿਟੀ ਵਾਰਾਣਸੀ ਉੱਤਰ ਪ੍ਰਦੇਸ਼, ਇਹਨਾਂ ਦਾ ਰੈਂਕ ਜਿਹੜਾ ਹੈ ਉਹ 10ਵਾਂ ਰੈਂਕ ਆ। ਉਸ ਤੋਂ ਬਾਅਦ ਇਹ 10 ਤਾਂ ਸੀਗੇ ਜਿਹੜੇ 1 ਤੋਂ ਲੈ ਕੇ 10 ਜਿਹੜਾ ਰੈਂਕਿੰਗ ਦੇ ਆਧਾਰ 'ਤੇ ਆਪਾਂ। ਉਸ ਤੋਂ ਬਾਅਦ ਆਪਣੇ ਪੰਜਾਬ ਦੀ ਗੱਲ ਕਰਾਂਗੇ ਆਪਾਂ, ਹੈ ਨਾ। ਥਾਪਰ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਪਟਿਆਲਾ ਪੰਜਾਬ, ਇਹਦਾ ਰੈਂਕ ਕਿੰਨਾ? 51, 51ਵਾਂ ਜਿਹੜਾ ਹੈ ਇਹਦਾ ਰੈਂਕ ਹੈਗਾ ਥਾਪਰ ਇੰਸਟੀਚਿਊਟ ਦਾ। ਉਸ ਤੋਂ ਬਾਅਦ ਪਹਿਲੇ 100 ਦੇ ਵਿੱਚ ਹੋਰ ਕਿਹੜਾ ਆਪਣਾ ਪੰਜਾਬ ਦਾ? ਗੁਰੂ ਨਾਨਕ ਦੇਵ ਯੂਨੀਵਰਸਿਟੀ, GNDU। ਤਾਂ ਅੰਮ੍ਰਿਤਸਰ ਪੰਜਾਬ, ਇਹਦਾ ਰੈਂਕ ਜਿਹੜਾ ਹੈ 88ਵਾਂ, 88 ਇਹਦਾ ਰੈਂਕ ਹੈਗਾ, ਠੀਕ ਹੈ ਜੀ। ਤਾਂ ਇਹ ਸਾਰੀ ਜਿਹੜੀ ਆ ਓਵਰਆਲ ਰੈਂਕਿੰਗ ਸੀ। ਹੁਣ ਆਪਾਂ ਗੱਲ ਕਰਾਂਗੇ ਯੂਨੀਵਰਸਿਟੀ ਦੇ ਅਕੋਰਡਿੰਗ, ਕਿ ਕਿਹੜੀ ਯੂਨੀਵਰਸਿਟੀ ਦੀ ਜਿਹੜੀ ਰੈਂਕਿੰਗ ਹੈ ਉਸਦੇ ਆਧਾਰ 'ਤੇ ਆਪਾਂ, ਕਿ 2020 ਦੇ ਵਿੱਚ ਕਿਹੜੀ ਯੂਨੀਵਰਸਿਟੀ ਪਹਿਲੇ ਰੈਂਕ 'ਤੇ ਸੀ। ਤਾਂ ਇਸ ਦੇ ਵਿੱਚੋਂ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਜਿਹੜਾ ਕਿ ਆਪਾਂ ਉੱਧਰ ਦੇਖਿਆ ਦੂਜੇ ਨੰਬਰ 'ਤੇ ਸੀ, ਠੀਕ ਹੈ। ਤਾਂ ਉਹ ਜਦੋਂ ਯੂਨੀਵਰਸਿਟੀਆਂ ਦੇ ਅਕੋਰਡਿੰਗ ਆਪਾਂ ਗੱਲ ਕਰਦੇ ਹਾਂ, ਇੰਡੀਅਨ ਇੰਸਟੀਚਿਊਟ ਆਫ ਸਾਇੰਸ ਬੰਗਲੌਰੂ ਕਰਨਾਟਕਾ, ਇਹਦਾ ਰੈਂਕ ਕਿਹੜਾ ਬਣ ਗਿਆ? ਇਹ ਪਹਿਲੇ ਰੈਂਕ 'ਤੇ। ਹੁਣ ਆਪਾਂ ਯੂਨੀਵਰਸਿਟੀ ਦੀ ਗੱਲ ਕਰ ਰਹੇ ਹਾਂ, ਤਾਂ ਇਹਨਾਂ ਦੀ ਤੁਸੀਂ ਅਲੱਗ ਲਿਸਟ ਦੇ ਬਣਾ ਕੇ ਤੁਸੀਂ ਲਿਖ ਸਕਦੇ ਹੋ, ਠੀਕ ਹੈ ਜੀ। ਉਸ ਤੋਂ ਬਾਅਦ ਆਪਣੇ ਕੋਲ ਹੈ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਤਾਂ JNU, ਇਹ ਨਿਊ ਦਿੱਲੀ। ਤਾਂ ਇਹਦਾ ਰੈਂਕ ਜਿਹੜਾ ਦੂਜਾ ਹੈਗਾ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਾ ਰੈਂਕ ਦੂਜਾ। ਹਾਂਜੀ, ਉਸ ਤੋਂ ਬਾਅਦ ਹੈ ਬਨਾਰਸ ਹਿੰਦੂ ਯੂਨੀਵਰਸਿਟੀ ਵਾਰਾਣਸੀ ਉੱਤਰ ਪ੍ਰਦੇਸ਼, ਇਹਦਾ ਰੈਂਕ ਕਿੰਨਾ? ਤੀਜਾ। ਪਹਿਲਾ ਹੈ IIS ਬੰਗਲੌਰ, ਔਰ ਉਸ ਤੋਂ ਬਾਅਦ ਹੈ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਦੂਜਾ, ਬਨਾਰਸ ਹਿੰਦੀ ਹਿੰਦੂ ਯੂਨੀਵਰਸਿਟੀ ਜਿਹੜਾ ਹੈ ਤੀਜਾ ਰੈਂਕ, ਪਹਿਲੇ 3 ਇਹ ਨੇ। ਹਾਂਜੀ, ਉਸ ਤੋਂ ਅੱਗੇ ਆਪਣੇ ਕੋਲ ਹੈ ਅੰਮ੍ਰਿਤਾ ਵਿਸ਼ਵਾ ਵਿਦਿਆ, ਇਹ ਹੈ ਤਾਮਿਲਨਾਡੂ ਦੇ ਵਿੱਚ, ਇਹਦਾ ਰੈਂਕ ਜਿਹੜਾ ਹੈ ਚੌਥਾ ਰੈਂਕ ਆ ਇਸ ਯੂਨੀਵਰਸਿਟੀ ਦਾ। ਤਾਂ ਨੈਕਸਟ ਆਪਣੇ ਕੋਲ ਹੈ ਜਵੇਦਪੁਰ ਯੂਨੀਵਰਸਿਟੀ ਕੋਲਕਾਤਾ ਵੈਸਟ ਬੰਗਾਲ, ਇਹਦਾ ਹੈਗਾ ਜਿਹੜਾ 5ਵਾਂ ਰੈਂਕ ਆ। ਇਹ ਪਹਿਲੇ 5 ਨੇ, ਪਹਿਲੀਆਂ 5 ਯੂਨੀਵਰਸਿਟੀਆਂ ਨੇ ਰੈਂਕਿੰਗ ਦੇ ਅਕੋਰਡਿੰਗ। ਹਾਂਜੀ, ਨੈਕਸਟ ਆਪਾਂ ਜਿਹੜਾ ਹੈ ਆਪਣੀ ਯੂਨੀਵਰਸਿਟੀ ਦੀ ਗੱਲ ਕਰਾਂਗੇ, ਪੰਜਾਬ ਯੂਨੀਵਰਸਿਟੀ, ਹੈ ਨਾ, ਜਿਹਦੇ ਨਾਲ ਸੰਬੰਧਿਤ ਪੰਜਾਬ ਦੇ ਵਿੱਚ ਕਾਲਜ ਨੇ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ।
ਇਹਦਾ ਰੈਂਕਿੰਗ ਜਿਹੜੀ ਹੈ 26 ਨੰਬਰ ਤੇ ਆਉਂਦੀ ਹੈ ਯੂਨੀਵਰਸਿਟੀ ਦੀ ਜਿਹਦੀ ਰੈਂਕਿੰਗ ਦੀ ਗੱਲ ਕਰਦੇ ਹਾਂ ਆਪਾਂ। ਤਾਂ ਅੱਗੇ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਪੰਜਾਬ, ਇਹਦਾ ਹੈ ਜਿਹੜਾ ਹੈ 51 ਨੰਬਰ ਜਿਹੜਾ ਇਹਦਾ ਰੈਂਕ ਹੈਗਾ। ਨੈਕਸਟ ਹੈ ਆਪਣਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੰਜਾਬ, ਇਹਦਾ 64 ਹੈਗਾ ਰੈਂਕ। ਨੈਕਸਟ ਆਪਣੇ ਪੰਜਾਬ 'ਚ ਹੋਰ ਕਿਹੜੀ ਹੈ, ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਬਠਿੰਡਾ, ਤਾਂ ਇਹਦਾ ਰੈਂਕ ਜਿਹੜਾ ਹੈ 87, 87 ਜਿਹੜਾ ਇਹਦਾ ਰੈਂਕ ਹੈਗਾ। ਠੀਕ ਹੈ ਜੀ, ਤਾਂ ਇਹ ਯੂਨੀਵਰਸਿਟੀ ਦੀ ਰੈਂਕਿੰਗ ਸੀ। ਹੁਣ ਆਪਾਂ ਅੱਗੇ ਗੱਲ ਕਰਾਂਗੇ ਕਾਲਜ ਦੀ ਰੈਂਕਿੰਗ ਦੀ। ਤਾਂ ਇਹਦੇ ਵਿੱਚ ਪਹਿਲਾ ਜਿਹੜਾ ਕਾਲਜ ਆ ਮਰਿੰਦਾ ਹਾਊਸ ਦਿੱਲੀ, ਪਹਿਲੇ ਰੈਂਕ 'ਤੇ ਇਹ ਕਾਲਜ। ਠੀਕ ਹੈ ਜੀ, ਉਸ ਤੋਂ ਬਾਅਦ ਲੇਡੀ ਸ਼੍ਰੀ ਰਾਮ ਕਾਲਜ ਫੋਰ ਵੋਮੈਨ ਨਿਊ ਦਿੱਲੀ, ਇਹ ਜਿਹੜਾ ਦੂਜੇ ਰੈਂਕ 'ਤੇ ਹੈਗਾ, ਸੈਕਿੰਡ ਰੈਂਕ ਇਹਦਾ। ਤੀਜਾ ਹੈਗਾ ਹਿੰਦੂ ਕਾਲਜ ਦਿੱਲੀ, ਇਹਦਾ ਤੀਜਾ ਰੈਂਕ ਹੈ। ਠੀਕ ਹੈ ਜੀ, ਤਾਂ ਨੈਕਸਟ ਆਪਣੇ ਕੋਲ ਹੈ ਸੰਤ ਸਟੀਫਨ ਕਾਲਜ, ਤਾਂ ਇਹਦਾ ਜਿਹੜਾ ਰੈਂਕ ਆ ਉਹ ਚੌਥਾ, ਇਹ ਚਾਰੇ ਦਿੱਲੀ ਦੇ ਵਿੱਚ ਹੀ ਨੇ। ਤਾਂ ਪੰਜਵਾਂ ਹੈਗਾ ਪ੍ਰੈਸੀਡੈਂਸੀ ਕਾਲਜ ਚੇਨਈ ਤਾਮਿਲਨਾਡੂ, ਪੰਜਵਾਂ ਰੈਂਕ ਆ ਜੀ ਇਹਦਾ। ਠੀਕ ਹੈ, ਰੈਂਕਿੰਗ ਦੇ ਅਕੋਰਡਿੰਗ ਇਹ ਪੰਜੇ ਜਿਹੜੇ ਨੇ, ਇਹ ਇਹਨਾਂ ਦੀ ਤੁਸੀਂ ਨੋਟ ਕਰ ਸਕਦੇ ਹੋ ਇਹਨਾਂ ਕਾਲਜ ਨੂੰ ਇਹਨਾਂ ਦੀ ਰੈਂਕਿੰਗ ਦੇ ਆਧਾਰ 'ਤੇ। ਠੀਕ ਹੈ ਜੀ, ਤਾਂ ਇਸ ਤਰ੍ਹਾਂ ਆਪਣੇ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਰੈਂਕਿੰਗ ਦੀ ਗੱਲ ਕੀਤੀ ਆ, ਬਹੁਤ ਸੀਮਤ ਸਮੇਂ ਦੇ ਵਿੱਚ ਤੁਹਾਡੇ ਨਾਲ ਕਾਫੀ ਜਿਹੜੀ ਜਾਣਕਾਰੀ ਆ ਸਾਂਝਾ ਕਰਨ ਦੀ ਕੋਸ਼ਿਸ਼ ਕੀਤੀ ਆ। ਹੋਰ ਜੇਕਰ ਤੁਸੀਂ ਇਹਦੀ ਪੂਰੀ ਲਿਸਟ ਬਾਰੇ ਜਾਣਨਾ ਚਾਹੁੰਦੇ ਹੋ, ਇਹ ਤੁਸੀਂ ਜਿਹੜਾ ਹੈ NIRF, ਠੀਕ ਹੈ, ਇਹਦੇ ਵੈਬਸਾਈਟ 'ਤੇ ਜਾ ਕੇ ਤੁਸੀਂ ਇਹਦੀ PDF ਡਾਊਨਲੋਡ ਕਰਕੇ ਵੀ ਤੁਸੀਂ ਇਹਨੂੰ ਦੇਖ ਸਕਦੇ ਹੋ। ਤਾਂ ਜਿਹੜਾ ਹੈ ਜਿਨ੍ਹਾਂ ਦੇ ਉੱਪਰ ਆਪਾਂ ਨੂੰ ਸਵਾਲ ਬਣ ਸਕਦਾ ਉਹ ਤੁਹਾਡੇ ਨਾਲ ਸਾਂਝੇ ਕਰ ਹੀ ਦਿੱਤੇ ਆ। ਤਾਂ ਇੱਕ ਆਪਣੇ ਦੋਸਤਾਂ ਦੇ ਨਾਲ ਜ਼ਰੂਰ ਵੀਡੀਓ ਨੂੰ ਸਾਂਝਾ ਕਰੋ, ਜਾਂ ਤੁਸੀਂ ਜਿਸ ਟੌਪਿਕ ਦੇ ਉੱਪਰ ਵੀਡੀਓ ਚਾਹੁੰਦੇ ਹੋ ਉਹ ਵੀ ਕਮੈਂਟ ਕਰਕੇ ਦੱਸਿਆ ਕਰੋ। ਤਾਂ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜਿਨ੍ਹਾਂ ਦੋਸਤਾਂ ਨੇ ਨਹੀਂ ਕੀਤਾ ਹਾਲੇ। ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ, ਵੀਡੀਓ ਨਵੀਂ ਵੀਡੀਓ ਲੈ ਕੇ